ਅਸਲਾਮ ਅਲਿਕੁਮ ਜੀ ਅੱਛਾ ਜੀ ਅੱਜ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ ਹੈ 672 ਸਹੀ 672 12ਵਾਂ ਚੈਪਟਰ ਹੈ ਔਰ ਇੱਥੇ ਵੀ ਇਸ ਤਕਰੀਬਨ ਸਾਰੇ ਚੈਪਟਰ ਵਿੱਚ ਹੀ ਓਵਰਟੇਕ ਦੀ ਗੱਲ ਕਰਦਾ ਸੁਰਪਾਸੋ ਦੀ ਠੀਕ ਹੈ ਜਿਆ ਜੀ ਕਾਫੀ ਦੋਸਤ ਪੁੱਛਦੇ ਨੇ ਕਿ ਤੁਸੀਂ ਕੀ ਇਹੜੇ ਕੋਰਸ ਇਹ ਪੂਰਾ ਕਰਵਾਉਦੇ ਜੀ ਬਿਲਕੁਲ ਐਸ ਚੈਨਲ ਦੇ ਉੱਤੇ ਤੁਹਾਨੂੰ ਜਿਹੜਾ ਇਹ ਪਤੰਤ ਵੀ ਜਿਹੜੀ ਇਹਦਾ ਕੋਰਸ ਹੈ ਇਹ ਤੁਨ ਕੰਪਲੀਟ ਮਿਲਦਾ ਠੀਕ ਹੈ ਕਦੀ ਕਦੀ ਹੁੰਦਾ ਹੈ ਕਿ ਮੈਂ ਵੀਡੀਓ ਨਹੀਂ ਅਪਲੋਡ ਕਰ ਸਕਦਾ ਕਿਉਂਕਿ ਮੈਨੂੰ ਟਾਈਮ ਨਹੀਂ ਮਿਲਦਾ ਲੇਕਿਨ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਕਿ ਰੋਜ਼ਾਨਾ ਦੀ ਮਿਨੀਮਮ ਇੱਕ ਵੀਡੀਓ ਜ਼ਰੂਰ ਅਪਲੋਡ ਹੋਵੇ ਠੀਕ ਹੈ ਤੇ ਅਗਰ ਫਾਰ ਇਗਜ਼ਾਮਪਲ ਇੱਕ ਦਿਨ ਨਹੀਂ ਵੀ ਹੁੰਦੀ ਤਾਂ ਦੂਸਰੇ ਦਿਨ ਮੈਂ ਵੀਡੀਓ ਅਪਲੋਡ ਜ਼ਰੂਰ ਕਰ ਦੇਵਾਂਗਾ ਇਨਸ਼ਾਅੱਲਾ ਤੇ ਤੁਸੀਂ ਆਪਣਾ ਪੂਰਾ ਕੋਰਸ ਜਿਹੜਾ ਇੱਥੋਂ ਫ੍ਰੀ ਕਰ ਸਕਦੇ ਹੋ ਠੀਕ ਹੈ ਚਲੋ ਜੀ 672 ਨੰਬਰ ਪੇਜ 672 ਇਥੇ ਵੀ ਜੀ ਉਹ ਇਹ ਦੱਸਣ ਲੱਗਾ ਕਿ ਜਦੋਂ ਤੁਸੀਂ ਓਵਰਟੇਕ ਹੋ ਰਹੇ ਹੋ ਮਤਲਬ ਸਾਡੀ ਗੱਡੀ ਜਿਹੜੀ ਮੈਚ ਲਾ ਰਹੀਆਂ ਉਹਨੂੰ ਕੋਈ ਦੂਸਰੀ ਗੱਡੀ ਓਵਰਟੇਕ ਕਰਨ ਲੱਗੀ ਏ ਤੇ ਸਾਡੇ ਤੇ ਕਿਹੜੀ ਚੀਜ਼ ਜ਼ਰੂਰੀ ਏ ਨਾਰਮਲ ਆਪਣੀ ਜਿਹੜੀ ਤੁਸੀਂ ਸਪੀਡ ਤੇ ਚੱਲ ਰਹੇ ਹੋ ਜਾਂ ਜਿਵੇਂ ਚੱਲਦੇ ਤੁਸੀਂ ਚੱਲਦੇ ਚੱਲੋ ਹਾਂ ਅਗਰ ਜਿਹੜੀ ਗੱਡੀ ਓਵਰਟੇਕ ਕਰਦੀ ਏ ਭਈ ਉਹਦੇ ਵਾਸਤੇ ਖਤਰਾ ਬਣਦਾ ਹੈ ਖਤਰਾ ਇਹ ਸੈਂਸ ਵਿੱਚ ਮਤਲਬ ਅਗਰ ਕੋਈ ਸਾਹਮਣੇ ਤੋਂ ਗੱਡੀ ਆਉਣਾ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹਦੀ ਟੱਕਰ ਲੱਗ ਸਕਦੀ ਉਹਦੇ ਨਾਲ ਫਿਰ ਕੀ ਕਰੋ ਸਲਾਹ ਹੈ ਸਾਡੇ ਵਾਸਤੇ ਕਿ ਅਸੀਂ ਆਪਣੀ ਗੱਡੀ ਦੀ ਸਪੀਡ ਥੋੜੀ ਘਟ ਕਰ ਲਈਏ ਔਰ ਥੋੜਾ ਸੱਜੀ ਸਾਈਡ ਤੇ ਸੱਜੇ ਕਿਨਾਰੇ ਦੇ ਨਜ਼ਦੀਕ ਹੋ ਜਾਈਏ ਤਾਂ ਕਿ ਜਿਹੜੀ ਗੱਡੀ ਓਵਰਟੇਕ ਕਰਦੀ ਹੈ ਭਈ ਉਹਦੇ ਵਾਸਤੇ ਆਸਾਨੀ ਪੈਦਾ ਹੋ ਜਾਵੇ ਠੀਕ ਹੈ ਪਹਿਲਾ ਸਵਾਲ ਜੀ ਸੇ ਸੀ ਵੀ ਨੇ ਸੁਰ ਪਰ ਸਾਤੀ ਕਹਿੰਦਾ ਅਗਰ ਓਵਰਟੇਕ ਹੁੰਦੇ ਹੋ ਪਏ ਠੀਕ ਹੈ ਮੈਂ ਇੰਟਰੈਸੋ ਪ੍ਰਾ ਜੁੰਜੇ ਉਨ ਵਹੀਕਲੋ ਤੇ ਗੱਡੀ ਆ ਜਾਂਦੀ ਏ ਦਲ ਸੈਂਤਸੋ ਅਪੋਸਤੋ ਆਪੋਜ਼ਿਟ ਤਰਫ ਤੋਂ ਮਤਲਬ ਸਾਹਮਣੇ ਤੋਂ ਗੱਡੀ ਹੁਣੀ ਸ਼ੁਰੂ ਹੋ ਗਈ ਏ ਠੀਕ ਏ ਕੌਂਸਿਲੀਆ ਬਿਲੇ ਕਹਿੰਦਾ ਫਿਰ ਸਲਾਹ ਵੇ ਰੀ ਦੂਰੇ ਲਾ ਵੇਲੋਚਿਤਾ ਕੇ ਸਪੀਡ ਆਪਣੀ ਘਟਾ ਲਵੋ ਵੇਰੋ ਜੀ ਕੌਂਸਿਲੀਆ ਬਿਲੇ ਮਤਲਬ ਸਲਾਹ مشورہ ਔਰੇ ਸੈਂਪਰੇ ਵੇਰੋ ਚਾਰ ਫਾਲਸੋ ਨੇ ਦੋ ਕੋਨਸੈਂਟ੍ਰਾਰੇ ਨਾਲ ਇੱਕ ਮੋਬੀਲੇ ਨਾਲ ਤੇ ਇੱਕ ਜਿਹੜਾ ਸਤਾਨੀਆਂ ਨਾਲ ਠੀਕ ਹੈ ਲਫ਼ਜ਼ ਤਿੰਨੀ ਨੇ ਲੇਕਿਨ ਚਾਰ ਫਾਲਸੋ ਨੇ ਦੋ ਕੌਂਚੇ ਇੰਤਰਾਰੇ ਨਾਲ ਹੁੰਦੇ ਰਿਦੂਰੇ ਮਤਲਬ ਕਟਾਣਾ ਸੋਪਰਾ ਜੂਨ ਜੇ ਆਨਾ ਸੋਪਰਾ ਜੂਨ ਜੇ ਉਹਨ ਵਹੀ ਕੁਲ ਉਹ ਗੱਡੀ ਇੱਕ ਆ ਜਾਂਦੀ ਹੈ ਦੂਸਰਾ ਸੇਸੀ ਵੇ ਨੇ ਸਰਪਸਾਤੀ ਅਗਰ ਓਵਰਟੇਕ ਹੁੰਦੇ ਹੋ mentre sopra aggiunge un veicolo te gaddi aa jandi hai dal senso opposto opposite taraf ton matlab samne ton accore zaroori hai spostarsi il più vicino possibile kehnde tussi spostarsi ho jao shift ho jawo il più vicino possibile jitna nazdeek ho sakde ho al margine destro dalla kare jata kare jate de sajje kinare de fero margine kinara spostarsi shift hona tisra ਸੇਸੀ ਵੇਨੇ ਸੁਰਪਸਾਤੀ ਕਹਿੰਦਾ ਅਗਰ ਓਵਰਟੇਕ ਹੁੰਦੇ ਹੋ ਐਦ ਅਵੇਨੇ ਉਨ ਇਨਸੀਡੈਂਟ ਤੇ ਤੇ ਐਕਸੀਡੈਂਟ ਹੋ ਜਾਂਦਾ ਮਤਲਬ ਸਾਡੀ ਗੱਡੀ ਨੂੰ ਦੂਸਰੀ ਗੱਡੀ ਓਵਰਟੇਕ ਕਰ ਰਹੀ ਤੇ ਉਸ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਠੀਕ ਹੈ ਸਿਪੋ ਅਵੇਰੇ ਉਹਨਾਂ ਪਾਰਟ ਦੇ ਲਈ ਰਿਸਪੌਂਸਿਬਿਲਟੀ ਕਹਿੰਦਾ ਉਹਨਾਂ ਪਾਰਟ ਦੇ ਲਈ ਰਿਸਪੌਂਸਿਬਿਲਟੀ ਮਤਲਬ ਤੁਸੀਂ ਵੀ ਇਹਦੇ ਜ਼ਿੰਮੇਦਾਰ ਹੋ ਬੋਦੇ ਸੇ ਨੌਂ ਸੀ ਇਹ ਫਾਤੋ ਇਲ ਪੋਸੀਬਲੇ ਅਗਰ ਤੁਸੀਂ ਕੀਤਾ ਨਹੀਂ ਪੋਸੀਬਲੇ ਪਿਰ ਫੈਸਿਲਿਟਾਰਲਾ ਮਨੋਵਰਾ ਦੇ ਸਰਪਾਸੋ ਕਹਿੰਦਾ ਜਿਹੜਾ ਮਨੋਵਰਾ ਸਰਪਾਸੋ ਜਿਹੜਾ ਓਵਰਟੇਕ ਸੀ ਧੀੜੂ ਗੱਡੀ ਕਰਦੀ ਸੀ ਭਾਈ ਅਗਰ ਉਹਦੇ ਵਾਰ ਤੁਸੀਂ ਫੈਸਿਲਿਟਾਰ ਨਹੀਂ ਕੀਤਾ ਮਤਲਬ ਆਸਾਨੀ ਪੈਦਾ ਨਹੀਂ ਕੀਤੀ ਤੇ ਤੁਸੀਂ ਵੀ ਇਹਦੇ ਰਿਸਪੌਂਸਿਬਿਲਿਟੀ ਹੋਵੇਦੇ ਜ਼ਿੰਮੇਦਾਰ ਹੋਵੇਦੇ ਵੇਰੋ ਜੀ ਚੌਥਾ ਸੇ ਸੀ ਵੀ ਨੇ ਸਰਪਾਸਾਤੀ ਕਹਿੰਦਾ ਗਰੋਟੇਕ ਹੋ ਰਿਹਾ ਓ ਮੈਂਟਰੇ ਸੋ ਪ੍ਰਾਜੁੰਜੀਉਨ ਵਹਿਕੂਲੋ ਤੇ ਗੱਡੀ ਆ ਜਾਂਦੀ ਏ ਦਿਲ ਸੈਂਸੋ ਅਪੋਸਤੋ ਆਪੋਜ਼ਿਟ ਤਰਫ ਤੋਂ ਅਕੋਰੇ ਜ਼ਰੂਰੀ ਏ ਤਨੇਰੇ ਅੱਛੇ ਜੀ ਕਿ ਤੁਸੀਂ ਆਨ ਰੱਖੋ ਇਪ੍ਰੇਤੋਰੀ ਅਬਾਗਿਆਂਤੀ ਅਬਾਗਿਆਂਤੀ ਲਾਈਟਾਂ ਜਿਹੜੀਆਂ ਕਹਿੰਦਾ ਉਹ ਆਨ ਰੱਖੋ ਕੋਮੇ ਸਿਨਿਆਲੇ ਦੀ ਪੈਰੀਕੋਲੋ ਜਿਵੇਂ ਖਤਰੇ ਦਾ ਨਿਸ਼ਾਨ ਹੁੰਦਾ ਹੈ ਭਾਈ ਤੁਸੀਂ ਅਬਲਿਆਂਤੀ ਲਾਈਟਾਂ ਆਨ ਕਰ ਲਵੋ ਦੱਸਣੇ ਵਾਸਤੇ ਕਿ ਖਤਰਾ ਹੋਵੇ ਫਾਲਸੋ ਜੀ ਕਿਉਂਕਿ ਅਬਲਿਆਂਤੀ ਲਾਈਟ ਅਸੀਂ ਆਨ ਕਰ ਹੀ ਨਹੀਂ ਸਕਦੇ ਅਗਰ ਖਾਸ ਤੌਰ ਤੇ ਸਾਹਮਣੇ ਤੋਂ ਗੱਡੀ ਵੀ ਹੁੰਦੀ ਏ ਪੇ ਠੀਕ ਹੈ ਅਬਲਿਆਂਤੀ ਪ੍ਰੇਟੋਰੀ ਹੈਡਲਾਈਟ ਨੂੰ ਆਖਦੇ ਨੇ ਤੇ ਨੇਰ ਹੁੰਦਾ ਹੈ ਰੱਖਣਾ ਤੇ ਨੇਰੀਆ ਚੀਜ਼ ਯਾਨ ਰੱਖਣਾ ਅਬਲਿਆਂਤੀ ਆ ਗਿਆ ਜੀ ਅਬਲਿਆਂਤੀ ਉਹ ਨੇੜੀਆਂ ਫੁੱਲ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਠੀਕ ਹੈ ਔਰ ਇਸ ਸੈਂਪਰੇਫਾਲਸੋ ਇੱਕ ਵੇਰੋਂ ਹੁੰਦਾ ਇਨੀਸ਼ੀਆ ਦਾ ਪੰਜਮਾ ਸੇਸੀ ਵੇਨੇਸੋਰ ਪਰ ਸਾਥੀ ਅਗਰ ਉਹ ਵਟੇ ਕੋ ਰਹੇ ਹੋ ਮੈਂਟਰੇ ਮੈਂਟਰੇ ਸੋਪਰਾ ਜੁੰਜੇ ਉਨ ਵਹੀਕਲ ਤੇ ਗੱਡੀ ਆ ਜਾਂਦੀ ਏ ਦਲ ਸੈਂਸੋ ਅਪੋਸਤੋ ਆਪੋਜ਼ਿਟ ਤਰਫ ਤੋਂ ਸੀ ਆ ਲੋਬਲੀਗੋ ਕਹਿੰਦੇ ਤੁਹਾਡੇ ਤੇ ਓਬਲੀਗੋ ਲਾਗੂ ਹੁੰਦਾ ਦੀ ਮੰਤਨੇਰੇ ਲਾਸਤੇ ਸਾਵਲੋਚਿਤਾ ਕਿ ਤੁਸੀਂ ਉਹੀ ਸਪੀਡ ਰੱਖੋ ਫਾਲਸ ਹੋ ਜੇ ਅਗਰ ਸਾਹਮਣੇ ਤੋਂ ਗੱਡੀ ਆ ਜਾਂਦੀ ਏ ਤੇ ਫਿਰ ਅਸਾਂ ਉਹੀ ਸਪੀਡ ਨਹੀਂ ਰੱਖਣੀ ਕਿ ਸਾਡੇ ਵਾਸਤੇ ਸਲਾਹ ਹੋਵੇ ਕਿ ਅਸੀਂ ਆਪਣੀ ਸਪੀਡ ਕੱਟ ਕਰ ਲਈਏ ਤਾਂ ਕਿ ਜਿਹੜੀ ਗੱਡੀ ਓਵਰਟੇਕ ਕਰਦੀ ਭਿਓਦੇ ਵਾਸਤੇ ਆਸਾਨੀ ਪੈਦਾ ਹੋ ਜਾਏ ਮੰਤਨੇਰੇ ਹੁੰਦਾ ਰੱਖਣਾ ਛੇਵਾਂ ਸੇ ਸੀ ਵੇਨੇ ਸੁਰ ਪਸਾਂ ਤੇ ਕਹਿੰਦਾ ਕਰੋ ਵਟੇ ਕੋ ਰਹੇ ਹੋ ਮੈਂ ਤੇਰੇ ਸੋ ਪਰ ਜੁੰਜ ਜੁਨ ਵਹੀਕਲੋ ਤੇ ਗੱਡੀ ਆ ਜਾਂਦੀ ਏ ਦਲ ਸੈਂਸੋ ਅਪੋਜ਼ ਤੋਂ ਆਪੋਜ਼ਿਟ ਤਰਫ ਤੋਂ ਅਕੋਰੇ ਜ਼ਰੂਰੀ ਏ ਅਸਿਓਨਾਰੇ ਇੰਡੀਕਾਟੋਰੇ ਦੀ ਦ੍ਰੇਸਿਓਨੇ ਦੇਸਤਰੋ ਕਹਿੰਦਾ ਸੱਜਾ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰ ਲਵੋ ਇਹ ਜ਼ਰੂਰੀ ਏ ਕੋਮੇ ਸਿਨਿਆਲੇ ਦੀ ਪੈਰੀਕੋਲ ਜਿਵੇਂ ਖਤਰੇ ਦਾ ਨਿਸ਼ਾਨ ਹੁੰਦਾ ਹੈ ਫਾਲਸ ਹੋ ਜੀ ਅਸਾਂ ਕੋਈ ਇਸ਼ਾਰਾ ਆਨ ਨਹੀਂ ਕਰਨਾ ਸਿਰਫ ਅਸੀਂ ਇਤਨਾ ਕਰ ਸਕਦੇ ਹਾਂ ਕਿ ਸਪੀਡ ਘਟ ਕਰ ਲਈਏ ਔਰ ਥੋੜਾ ਸੱਜੇ ਕਿਨਾਰੇ ਦੇ ਨਜ਼ਦੀਕ ਹੋ ਜਾਈਏ ਠੀਕ ਹੈ ਅਸਾਂ ਕੋਈ ਇਸ਼ਾਰਾ ਨਹੀਂ ਕਰਨਾਂ ਫਾਲਸੋਜੀ 673 673 ਇਹ ਪੰਨਾ ਚੈਪਟਰ ਇਹ ਸਰਪਾਸੋ ਇਹਦਾ ਟਾਪਿਕ ਹੈ ਅੱਛਾ ਜੀ ਹੁਣ ਅਸੀਂ ਗੱਲ ਕਰਨ ਲੱਗੇ ਸਰਪਾਸੋ ਦੇ ਵਹੀ ਕੁਰੀ ਦੇਲਾ ਪੁਲਿਸੀਆ ਪੁਲਿਸ ਵਾਲੀਆਂ ਗੱਡੀਆਂ ਨੂੰ ਜਿਹੜਾ ਉਹ ਵਟੇ ਕੋਂਦਾ ਪੁਲਿਸ ਵਾਲੀ ਗੱਡੀ ਨੂੰ ਅਸੀਂ ਓਵਰਟੇਕ ਕਰ ਸਕਨੇ ਆ ਮਨਾ ਕੋਈ ਨਹੀਂ ਨਾ ਕੋਈ ਐਂਬੂਲੈਂਸ ਨੂੰ ਮਨਾਵੇ ਨਾ ਕੋਈ ਪੁਲਿਸ ਵਾਲੀ ਗੱਡੀ ਨੂੰ ਮਨਾਵੇ ਹਾਂ ਲੇਕਿਨ ਸ਼ਰਤ ਇਹ ਵੇ ਕਿ ਉਹ ਐਮਰਜੈਂਸੀ ਵਿੱਚ ਨਾ ਹੋਣ ਉਹਨਾਂ ਉਹ ਸਾਇਰਨ ਉੱਤਰ ਨਾ ਹੋਣ ਚੱਲਦਾ ਪਿਆ ਵੇ ਉੱਤੇੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹ ਆਨ ਨਾ ਹੋਣ ਜਾਂ ਕੋਈ ਹੋਰ ਰਿਕਾਵਟ ਨਾ ਹੋਵੇ ਓਵਰਟੇਕ ਵਾਲੀ ਕੋਈ ਪਾਬੰਦੀ ਨਾ ਲੱਗੀ ਹੋਵੇ ਤੇ ਫਿਰ ਅਸੀਂ ਇਹਨਾਂ ਗੱਡੀਆਂ ਨੂੰ ਵੀ ਓਵਰਟੇਕ ਕਰ ਸਕਨੇ ਆ ਠੀਕ ਹੈ ਇਕ ਕਨਸੈਂਟਿਟੋ ਕਹਿੰਦਾ ਇਜਾਜ਼ਤ ਹੈ ਸੁਰ ਪਰ ਸਾਰੇ ਓਵਰਟੇਕ ਕਰਨੇ ਦੀ ਊਨ ਆਉਟੋ ਦਲਾ ਪੁਲਿਸੀਆ ਪੁਲਿਸ ਵਾਲੀ ਗੱਡੀ ਨੂੰ ਸੇ ਅਗਰ ਨੌਨ ਐ ਇਨ ਸਰਵਿਸ ਯੂ ਦੀ ਐਮਰਜੈਂਸਾ ਕਹਿੰਦਾ ਅਗਰ ਉਹ ਐਮਰਜੈਂਸੀ ਵਿੱਚ ਨਹੀਂ ਇਹ ਨੌਨ ਵੀ ਸੋਨੋ ਆਲਤਰੀ ਟਿਪੀ ਦੀ ਇੰਪੇਦੀਮੇਂਟੀ ਤੇ ਕਹਿੰਦਾ ਅਗਰ ਕੋਈ ਔਰ ਕਿਸੇ ਕਿਸਮ ਦੀ ਇੰਪੇਦੀਮੇਂਟੀ ਵੀ ਨਾਵੇ ਕੋਈ ਰੁਕਾਵਟ ਵੀ ਨਾਵੇ ਰੁਕਾਵਟਾਂ ਵੀ ਨਾਉਣ ਤੇ ਵੇਰੋ ਜੀ ਅਗਰ ਉਹ ਗੱਡੀ ਪੁਲਿਸ ਦੀ ਐਮਰਜੈਂਸੀ ਵਿੱਚ ਨਹੀਂ ਇਨ ਸਰਵਿਸ ਦੀ ਐਮਰਜੈਂਸਾ ਤੇ ਇਹਦੇ ਵਿੱਚ ਨਹੀਂ ਇਹਾਂ ਕੋਈ ਹੋਰ ਇੰਪੀਡiment ਵੀ ਨਹੀਂ ਕੋਈ ਰੁਕਾਵਟਾ ਵੀ ਨਹੀਂ ਉਥੇ ਫਿਰ ਅਸੀਂ ਓਵਰਟੇਕ ਕਰ ਸਕਨੇ ਆ ਦੂਸਰਾ ਇਹ ਵੀ ਤਾਂ ਤੋ ਸੋਰਪਾਸਾਰੇ ਕਹਿੰਦਾ ਓਵਰਟੇਕ ਕਰਨਾ ਮਨਾਵੇਂ ਓਨ ਆਉਟੋ ਡੇ ਲਾ ਪੋਲੀਸੀਆ ਪੁਲਿਸ ਵਾਲੀ ਗੱਡੀ ਨੂੰ ਨੌਨ ਇਨ ਸਰਵਿਸ ਜੇ ਉਹ ਦੀ ਐਮਰਜੈਂਸੀ ਆ ਜਿਹੜੀ ਐਮਰਜੈਂਸੀ ਵਿੱਚ ਨਹੀਂ ਐਸ ਨੌਨ ਦਾ ਧਿਆਨ ਰੱਖਣਾ ਹੈ ਕਹਿੰਦਾ ਐਮਰਜੈਂਸੀ ਵਿੱਚ ਨਹੀਂ ਉਹਨੂੰ ਵੀ ਮਨਾਵੇਂ ਫਿਰ ਨੌਨ ਸਟੋਕੋਲਾਰ ਨੇ ਲਾ ਮਾਰਚਾ ਤਾਂ ਕਿ ਚੱਲਣ ਵਿੱਚ ਰੁਕਾਵਟ ਨਾ ਬਣੇ ਫਾਲਸੋਜੀ ਅਗਰ ਉਹ ਗੱਡੀ ਐਮਰਜੈਂਸੀ ਵਿੱਚ ਨਹੀਂ ਤੇ ਅਸੀਂ ਉਹਨੂੰ ਓਵਰਟੇਕ ਕਰ ਸਕਦੇ ਆ ਉਸ ਤੋਂ ਕਲਾ ਰਹੇ ਉਸ ਤੋਂ ਕੋ ਲਾਰੇ ਰਿਕਾਵਟ ਲਾ ਮਾਰਚਾ ਚੱਲਣ ਵਿੱਚ ਸੁਲੇ ਆਉਟੋਸ ਤਰ੍ਹਾਂ ਦੇ ਕਹਿੰਦਾ ਆਉਟੋਸ ਤਰ੍ਹਾਂ ਦੇ ਉੱਤੇ ਆਤਰੇ ਕੁਰਸੀਏ ਪਰ ਸੈਂਸੋ ਦੀ ਮਾਰਚਾ ਜਿੱਥੇ ਤਿੰਨ ਕੁਰਸੀ ਹੋਰ ਚੱਲਣ ਵਾਸਤੇ ਮਤਲਬ ਇੱਕ ਸਾਈਡ ਜਾਣ ਵਾਸਤੇ ਇਹ ਕਨਸੈਂਤੀਤੋ ਸੋਰਪਾਸਾਰੇ ਓਵਰਟੇਕ ਕਰਨ ਦੀ ਇਜਾਜ਼ਤ ਹੈ ਉਨ ਆਉਟੋ ਦੇਲਾ ਪੁਲਿਸੀਆ ਪੁਲਿਸ ਵਾਲੀ ਗੱਡੀ ਨੂੰ ਅਾਂਕਿ ਸੇ ਇਨ ਸਰਵਿਸ ਦੀ ਐਮਰਜੈਂਸੀ ਆ ਭਾਵੇਂ ਉਹ ਐਮਰਜੈਂਸੀ ਵਿੱਚ ਹੈ ਫਾਲਸ ਹੋ ਜੀ ਭਾਵੇਂ ਜਿੰਨੇ ਵੀ ਕੁਰਸੀ ਗਏ ਨੇ ਅਗਰ ਪੁਲਿਸ ਦੀ ਗੱਡੀ ਐਮਰਜੈਂਸੀ ਵਿੱਚ ਹੈ ਇਨ ਸਰਵਿਸ ਦੀ ਐਮਰਜੈਂਸੀ ਵਿੱਚ ਹੈ ਤੇ ਅਸੀਂ ਉਹਨੂੰ ਓਵਰਟੇਕ ਨਹੀਂ ਕਰ ਸਕਦੇ ਸਿਰਫ ਇਸ ਚੀਜ਼ ਦਾ ਧਿਆਨ ਕਰਨਾ ਹੈ ਐਮਰਜੈਂਸੀ ਵਿੱਚ ਹੈ ਜਾਂ ਨਹੀਂ ਠੀਕ ਹੈ ਇੱਥੇ ਵੇਖੋ ਨਾਨ ਇਨ ਸਰਵਿਸ ਦੀ ਐਮਰਜੈਂਸੀ ਦਾਸ ਰਿਹਾ ਹੈ ਤੇ ਇੱਥੇ ਕਰ ਸਕਦੇ ਆ ਇੱਥੇ ਇਨ ਸਰਵਿਸ ਦੀ ਐਮਰਜੈਂਸੀ ਆਵੇ ਇੱਥੇ ਮਨਾਉਣਾ ਚਾਹੀਦਾ ਨਹੀਂ ਕਰ ਸਕਦੇ ਇਹ ਕਹਿ ਰਿਹਾ ਕਿ ਕੰਸੈਂਟਿਟ ਇਜਾਜ਼ਤ ਹੈ। ਅੱਛਾ ਜੀ 674 ਸੈਚੈਂਟੋ ਸਟਾਂਟਾ 4। ਸੁਰਪਾਸੋ ਇਨ ਆਉਟੋਸਟ੍ਰਾਡਾ ਜਿਹੜਾ ਆਉਟੋਸਟ੍ਰਾਡਾ ਦੇ ਵਿੱਚ ਓਵਰਟੇਕ ਕਰੀਦਾ ਹੈ। ਕੋਈ ਚੀਜ਼ਾਂ ਨੇ ਜਿਹੜੀਆਂ ਓਵਰਟੇਕ ਵਾਈਆਂ ਪੜ ਲਈਆਂ ਨੇ ਉਹ ਇਹ احتیاط ਨੇ। ਤੇ ਹੁਣ ਦੱਸਣ ਲੱਗਾ ਕਿ ਬਈ ਅਗਰ ਜਿਹੜੀਆਂ ਗੱਡੀਆਂ ਸਾਡੇ ਪਿੱਛੇ ਚੱਲਦੀਆਂ ਪਈ ਅਸੀਂ ਓਵਰਟੇਕ ਕਰਨ ਲੱਗੇ ਆਂ ਪਿੱਛੇ ਚੱਲਦੀਆਂ ਹੋਈਆਂ ਗੱਡੀਆਂ ਤੇ ਧਿਆਨ ਨਹੀਂ ਕਰਦੇ ਅਸੀਂ ਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਏ ਕਿਵੇਂ ਹੋ ਸਕਦੀ ਏ ਅਸੀਂ ਓਵਰਟੇਕ ਕਰਨਾ ਸ਼ੁਰੂ ਕਰਦੇ ਆ ਹੋ ਸਕਦਾ ਪਿਛਲੀ ਗੱਡੀ ਓਵਰਟੇਕ ਹੀ ਕਰਦੀ ਹੋਵੇ ਜਾਂ ਤੇ ਸਪੀਡ ਨਾਲ ਹੁੰਦੀ ਪਈ ਹੋਵੇ ਜਿਹੜੀ ਸਾਡੇ ਪਿੱਛੇ ਹੋਵੇ ਕੋਈ ਇਸ ਵਾਸਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਏ ਦਿਸਤਾਨ ਸਾਰੀ ਸਿਕਿਉਰਿਟੀ ਸਾ ਨਹੀਂ ਰੱਖਦੇ ਓਵਰਟੇਕ ਕਰਨ ਲੱਗਿਆਂ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਏ ਇੱਕੋ ਦਮ ਦੂਜੇ ਕੁਰਸੀਆਂ ਸ਼ਿਫਟ ਹੋਣੇ ਆ ਇਹ ਵੀ ਐਕਸੀਡੈਂ ਜ਼ਿਆਦਾ ਦੇਰ ਅਸੀਂ ਓਵਰਟੇਕ ਵਾਲੇ ਕੁਰਸੀਆਂ 'ਚ ਰਹਿ ਨਹੀਂ ਆ ਮਤਲਬ ਓਵਰਟੇਕ ਕਰਨ ਲਈ ਗੱਡੀ ਨੂੰ ਖੱਬੇ ਕੁਰਸੀ 'ਚ ਆਏ ਆ ਤੇ ਖੱਬੇ ਕੁਰਸੀ ਦੇ ਵਿੱਚ ਇਹ ਚੱਲਦੇ ਜਾਂਦੇ ਆ ਪੇ ਇਹ ਵੀ ਰਿਕਵਰ ਦੀ ਵਜ੍ਹਾ ਬਣ ਸਕਦੀ ਏ ਕਿਉਂਕਿ ਖੱਬਾ ਕੁਰਸੀਆ ਬਣਿਆ ਓਵਰਟੇਕ ਵਾਸਤੇ ਓਵਰਟੇਕ ਕੀਤਾ ਖੱਬੇ ਚ ਆਇਓ ਓਵਰਟੇਕ ਕੀਤਾ ਫਿਰ ਦੁਬਾਰਾ ਸੱਜੇ ਕੁਰਸੀ 'ਚ ਆ ਜਾਓ ਖੱਬਾ ਕੁਰਸੀਆ ਖਾਲੀ ਛੱਡੀਗਾ ਸੌਰੀ ਤੁਰੰਤ ਇੱਕ ਸਰਪਾਸੋ ਇਨ ਆਉਟੋਸਟਰਾਡਾ ਕਹਿੰਦਾ ਆਉਟੋਸਟਰਾਡੇ ਦੇ ਵਿੱਚ ਓਵਰਟੇਕ ਦੇ ਦੌਰਾਨ ਲਾਸਕਾਰਸਾ ਅਟੈਂਸ਼ਨੇ ਜਿਹੜਾ ਥੋੜਾ ਧਿਆਨ ਦਿੰਦੇ ਹੋ ਪੋਸਤਾਈ ਵਾਈਕੂਲੀ ਗੱਡੀਆਂ ਤੇ ਕੇ ਸੇਗੂ ਨੂੰ ਜਿਹੜੀਆਂ ਪਿੱਛੇ ਨੇ ਸਾਡੇ ਪੋਏਸਰੇ ਕਾਉਜ਼ਾ ਕਹਿੰਦਾ ਇਹ ਵਜ੍ਹਾ ਹੋ ਸਕਦੀ ਏ ਦੀ ਇਨਸੀਡੈਂਤੇ ਐਕਸੀਡੈਂਟ ਦੀ ਮੇਰੇ ਲਈ ਇਹ ਵਜ੍ਹਾ ਹੋ ਸਕਦੀ ਏ ਸਕਾਰਸਾ ਥੋੜਾ ਅਟੈਂਸ਼ਨੇ ਧਿਆਨ ਪੋਸਤਾਈ ਵਾਈਕੂਲੀ ਗੱਡੀਆਂ ਤੇ ਦੇਣਾ ਵਹੀ ਕੁਰੀ ਕੇ 6 ਗੁਨੋ ਜਿਹੜੀਆਂ ਸਾਡੇ ਪਿੱਛੇ ਸਾਨੂੰ ਫਾਲੋ ਕਰ ਰਹੀਆਂ ਗੱਡੀਆਂ ਉਹਨਾਂ ਦੀ ਗੱਲ ਕਰ ਰਿਹਾ ਕਾਉਜ਼ਾ ਵਜਾ ਕਾਰਨ ਦੂਸਰਾ ਦੌਰਾਨ ਤੇ ਉਨ ਸੋਰਪਾਸੋ ਇਨ ਆਉਟੋਸਟਰਾਡਾ ਕਹਿੰਦਾ ਹੈ ਆਉਟੋਸਟਰਾਡ ਦੇ ਵਿੱਚ ਓਵਰਟੇਕ ਦੇ ਦੌਰਾਨ ਇਨਸਫੀਸ਼ੀਐਂਟੇ ਡਿਸਟਾਂਸਾ ਦੀ ਸਿਕੁਰੇਸਾ ਕਹਿੰਦਾ ਥੋੜਾ ਫਾਸਤੀ ਫਾਸਲਾ ਹੁੰਦਾ ਨਾ ਕਾਫੀ ਫਾਸਤੀ ਫਾਸਲਾ ਹੁੰਦਾ ਪੋਏਸੇਰੇ ਕਾਉਜ਼ਾ ਇਹ ਵਜ੍ਹਾ ਹੋ ਸਕਦੀ ਏ ਦੀ ਇਨਸੀਡੈਂਟੇ ਐਕਸੀਡੈਂਟ ਦਾ ਵੇਰੋ ਕੌਜ਼ਾ ਵਜਾ ਕਾਰਨ ਪੋਏਸੇਰ ਮਤਲਬ ਹੋ ਸਕਦਾ ਹੈ ਦਿਸਤਾਨਸ ਦੀ ਸਿਕਿਉਰਿਟੀ ਸਾ ਫਾਸਤੀ ਫਾਸਲਾ ਤੇ ਇਨਸਫੀਸ਼ੈਂਸੀ ਤੇ ਨਾਕਾਫੀ ਥੋੜਾ ਤੀਸਰਾ ਦੌਰਾਨ ਤੇ 950 ਇਨ ਆਉਟੋਸਟਰਾਡਾ ਆਉਟੋਸਟਰਾਡਾ ਦੇ ਵਿੱਚ ਓਵਰਟੇਕ ਦੇ ਦੌਰਾਨ ਪੋਏਸੇਰ ਕੌਜ਼ਾ ਕਹਿੰਦਾ ਵਜਾ ਹੋ ਸਕਦੀ ਹੈ ਕਾਰਨ ਹੋ ਸਕਦਾ ਹੈ ਦੀ ਇਨਸੀਡੈਂਟ ਤੇ ਐਕਸੀਡੈਂਟ ਦਾ improvviso spostamento ਜਦੋਂ ਅਚਾਨਕ ਇੱਕੋ ਦਮ ਸ਼ਿਫਟ ਹੁੰਦੇ ਹੋ ਸੁਲਾ ਕੁਰਸੀਆਂ ਦੀ ਸਰਪਾਸੋਂ ਓਵਰਟੇਕ ਵਾਲੇ ਕੁਰਸੀਆਂ ਦੇ ਉੱਤੇ ਦੀ ਉਨੋ ਦੇ ਵਾਹਕਲੀ ਕੇ ਪਰੋਚੇ ਦੋਨੋਂ ਉਹਨਾਂ ਗੱਡੀਆਂ ਨਾਲ ਜਿਹੜੀਆਂ ਉੱਥੇ ਚੱਲਦੀਆਂ ਰਹੀਆਂ ਵੇਰੋ ਜੀ ਇੱਕੋ ਦਮ ਦੂਸਰੇ ਕੁਰਸੀਏ ਵਿੱਚ ਸ਼ਿਫਟ ਹੁੰਦੇ ਹੋ ਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਵਾਹਕਲੀ ਕੇ ਪਰੇਚੇ ਦੋਨੋਂ ਜਿਹੜੀਆਂ ਚੱਲਦੀਆਂ ਰਹੀਆਂ ਸਪੋਸਟਾਮੈਂਟੋ ਸ਼ਿਫਟ ਹੋਣਾ ਇਮਪਰੋਵੀਜ਼ੋ ਇਮਪਰੋਵੀਜ਼ੋ ਮਤਲਬ ਅਚਾਨਕ ਇੱਕੋ ਦਮ ਔਰ ਇਸ ਸੈਂਪਰੇ ਵੇਰੋ ਇੱਕ ਫਲਸੋ ਹੁੰਦਾ ਗਵਾਸਤੋ ਨਾਲ ਠੀਕ ਹੈ ਜੀ ਚੌਥਾ ਦੁਰਾਂਤੇ 1950 ਓਵਰਟੇਕ ਦੇ ਦੌਰਾਨ ਹੀ ਨਾਉਤੋਸਟਰਾਦਾ ਆਉਤੋਸਟਰਾਦੇ ਵਿੱਚ ਮੰਤਨੇਰ ਸੀ ਤ੍ਰੋਪੋ ਅਲੂੰਗੋ ਕਹਿੰਦਾ ਜ਼ਿਆਦਾ ਦੇਰ ਰਹਿੰਦੇ ਹੋ ਸੁਲਾ ਕੁਰਸੀਆ ਦੀ ਹੈ ਸਰਪਾਸੋ ਓਵਰਟੇਕ ਵਾਲੇ ਕੁਰਸੀਆ ਦੇ ਉੱਤੇ ਪੋਏਸੇਰੇ ਮੋਟਿਵੋ ਕਹਿੰਦਾ ਇਹ ਵਜ੍ਹਾ ਹੋ ਸਕਦੀ ਹੈ ਦੀ ਇੰਤ੍ਰਾਲਚੋ ਰਿਕਵਰ ਦੀ ਵੇਰੋ ਜੀ ਜ਼ਿਆਦਾ ਦੇਰ ਖੱਬੇ ਕੁਰਸੀ ਤੇ ਰਹਿੰਦੀ ਹੋ ਓਵਰਟੇਕ ਵਾਲੇ ਕੁਰਸੀ ਤੇ ਰਹਿੰਦੇ ਹੋ ਇਹ ਵੀ ਰਿਕਵਰ ਦੀ ਵਜ੍ਹਾ ਹੋ ਸਕਦੀ ਹੈ ਇਲ ਸਰਪਾਸੋ ਇਨ ਆਟੋਸਟਰਾਦਾ ਜਿਹੜਾ ਆਟੋਸਟਰਾਦੇ ਦੇ ਵਿੱਚ ਓਵਰਟੇਕ ਹੈ ਪੋਇਸਰੇ ਮੋਟੀਵੋ ਦੀ ਇਨਸੀਡੈਂਟ ਤੇ ਕਹਿੰਦੇ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਸੇ ਵੇਨੇ ਇਫੈਕਟਵਾਤੋ ਅਗਰ ਇਹ ਕਰਦੇ ਹੋ ਅਕੂਦਨ ਦੋਸੀ ਅਦ ਉਨ ਵਹੀਕਲੋ ਇੱਕ ਗੱਡੀ ਦੇ ਪਿੱਛੇ ਲੱਗ ਕੇ ਕੇਸਤਾ ਸੁਰ ਪਸਾਨ ਤੋਂ ਜਿਹੜੀ ਓਵਰਟੇਕ ਕਰਦੀ ਏ ਭਈ ਵੇਰੋ ਮਸਲਨ ਅਗਰ ਇੱਕ ਗੱਡੀ ਓਵਰਟੇਕ ਕਰ ਰਹੀ ਏ ਉਹਦੇ ਪਿੱਛੇ ਅਸੀਂ ਵੀ ਲੱਗ ਜੰਨੇ ਆ ਪਿੱਛੇ ਲੱਗ ਕੇ ਅਸੀਂ ਓਵਰਟੇਕ ਕਰਨ ਲੱਗ ਪੈਨੇ ਆ ਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਏ ਅਕੋਦਨ ਦੋ ਸੀ ਪਿੱਛੇ ਲੱਗ ਕੇ ਅਦਨ ਵੈਕ ਲੋ ਗੱਡੀ ਦੇ 6ਵਾਂ ਇਲ ਸੁਰ ਪਾਸੋ ਇਨ ਆਊਟੋਸਟਰਾਡਾ ਆਊਟੋਸਟਰਾਡ ਦੇ ਵਿੱਚ ਜਿਹੜਾ ਓਵਰਟੇਕ ਏ ਪੋਏ ਸਿਰੇ ਮੋਟਿਵ ਉਹ ਕਹਿੰਦਾ ਇਹ ਵਜ੍ਹਾ ਹੋ ਸਕਦੀ ਹੈ ਦੀ ਇਨਸੀਡੈਂਟ ਤੇ ਐਕਸੀਡੈਂਟ ਦਾ ਸੇਲ ਫੋਰਥੇ ਵੈਨ ਤੋਂ ਲੇਟਰਾਲੇ ਕਹਿੰਦਾ ਅਗਰ ਜ਼ਿਆਦਾ ਹਵਾ ਹੈ ਲੇਟਰਾਲੇ ਸਾਈਡ ਤੋਂ ਕੰਪਰੋਮੈਟੇ ਲਾ ਸਟੈਬਿਲਿਟਾ ਦੇ ਵਹੀਕਲ ਤੇ ਤੁਸੀਂ ਕੰਪਰੋਮਾਈਜ਼ ਕਰ ਲੈਂਦੇ ਹੋ ਗੱਡੀ ਦੇ ਸਟੈਬਿਲਿਟਾ ਹੋਣ ਵਿੱਚ ਸਟੇਬਲ ਹੋਣ ਵਿੱਚ ਤੇ ਫਿਰ ਇਹ ਵੀ ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਵੇਰੋ ਮਸਲਨ ਅਸੀਂ ਗੱਡੀ ਨੂੰ ਕ੍ਰਾਸ ਕਰਨ ਲੱਗੇ ਆ ਸਾਈਡ ਤੋਂ ਤੇਜ਼ ਹਵਾ ਵੀ ਪੈਂਦੀ ਗੱਡੀ ਇੱਧਰ ਉੱਧਰ ਹੋ ਸਕਦੀ ਹੈ ਡੋਲ ਸਕਦੀ ਹੈ ਜ਼ਿਆਦਾ ਹਵਾ ਆਉਣ ਦੀ ਵਜ੍ਹਾ ਤੋਂ ਕਹਿੰਦਾ ਗਾ ਇਹ ਇਸ ਚੀਜ਼ ਵਿੱਚ ਤੁਸੀਂ ਕੰਪਰੋਮਾਈਜ਼ ਕਰ ਲੈਣ ਬੰਨਾ ਲੈ ਖੈਰ ਇਹ ਕੋਈ ਨਹੀਂ ਕੁਝ ਨਹੀਂ ਹੁੰਦਾ ਐਂ ਦਾ ਕੰਮ ਕਰ ਲੈਣਾ ਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਕੰਪਰੋਮੇਟ ਤੇ ਕੰਪਰੋਮਾਈਜ਼ ਕਰਨਾ ਸਮਝੌਤਾ ਕਰ ਲੈਣਾ ਸਤਵਾਂ ইল ਸੋਰਪਾਸੋ ਇਨ ਆਉਟੋਸਟਰਾਡਾ ਆਉਟੋਸਟਰਾਡਾ ਦੇ ਵਿੱਚ ਜਿਹੜਾ ਓਵਰਟੇਕੇ ਪੋਏਸੇਰੇ ਮੋਤੀ ਉਹ ਇਹ ਵਜ੍ਹਾ ਹੋ ਸਕਦੀ ਹੈ ਦੀ ਇਨਸੀਡੈਂਟ ਤੇ ਐਕਸੀਡੈਂਟ ਦਾ ਸੇਵੇਨੇਫੀਤਵਾਤੋ ਅਗਰ ਇਹ ਕਰਦੇ ਹੋ ਇਨ ਵਿਚੀਨਾਂਨਸਾ ਨਜ਼ਦੀਕ ਦੀ ਊਨਾ ਪਿਆਜ਼ੁਲਾ ਦੀ ਸੋਸਤਾ ਪਿਆਜ਼ੁਲਾ ਦੀ ਸੋਸਤਾ ਨਜ਼ਦੀਕ ਕਹਿੰਦਾ ਕਰਦੇ ਹੋ ਤੇ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਫਾਲਸੋ ਜੀ ਪਿਆਜ਼ੁਲਾ ਦੀ ਸੋਸਤਾ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ ਇੱਕ ਸਿਪਾਰਾ ਨਾਲ ਦੂਸਰਾ ਰਿਪੋਜ਼ਾਰੇ ਨਾਲ ਠੀਕ ਹੈ ਐਸੇ ਤਰ੍ਹਾਂ ਦੇ ਲਫ਼ਜ਼ ਦੇ ਪਿਆਜ਼ੋਲੇ ਦੀ ਸੋਸਤਾ ਠੀਕ ਹੈ ਇਹ ਵੇਖੋ ਇਹ ਪਿਆਜ਼ੋਲਾ ਵੇ ਇਹਦੇ ਐਂ ਤੇ ਇਹ ਆਇਆ ਇਹ ਇੰਗਲਿਸ਼ ਵਾਲਾ ਉਹਦਾ ਦੂਸਰਾ ਲਫ਼ਜ਼ ਹੈ ਉਹ ਪਿਆਜ਼ੋਲੇ ਵੇ ਐਂ ਤੇ ਈ ਹੁੰਦਾ ਹੈ ਈ ਇੰਗਲਿਸ਼ ਵਾਲਾ ਠੀਕ ਹੈ ਉਹ ਸੈਂਪਰੇ ਫਾਲਸੋ ਤੇ ਇੱਕ ਵੇਰੋਂ ਦਾ ਅੰਗ ਕੇ ਨਾਲ ਏ ਵੇ ਪਿਆਜ਼ੋਲਾ ਦੀ ਸੋਸਤਾ ਇਸ ਸੈਂਪਰੇ ਫਾਲਸੋ ਦੋ ਵੇਰੋਂ ਇੱਕ ਸਿਪਾਰ ਨਾਲ ਤੇ ਦੂਸਰਾ ਰਿਪੋਜ਼ਾਰੇ ਨਾਲ ਅਠਵਾਂ ਇਲਸੋਰ ਪਾਸੋਈ ਨਾ ਉਤੋਸਟਰਾ ਦਾ ਜਿਹੜਾ ਉਤੋਸਟਰਾ ਦੇ ਵਿੱਚ ਓਵਰਟੇਕੇ ਪੋਏਸਰੇ ਮੋਤੀਵੋ ਕਹਿੰਦੇ ਇਹ ਵਜਾ ਹੋ ਸਕਦੀ ਏ ਦੀ ਇਨਸੀਡੈਂਟ ਤੇ ਐਕਸੀਡੈਂਟ ਦਾ ਸੇਸੀ ਵਿਆਜਾ ਅਗਰ ਤੁਸੀਂ ਚੱਲਦੇ ਹੋ ਕੋਨ ਲੇ ਲੂਚੀ ਆਨਾ ਅਬਲਿਆਨਤੀ ਸੈਂਪਰੇ ਅਚੀਜ਼ੀ ਕਿਨ ਹਮੇਸ਼ਾ ਆਨਾ ਬਲਿਆਨ ਆਨਾ ਬਲਿਆਨਤੀ ਲਾਈਟ ਔਨ ਕਰਕੇ ਚੱਲਦੇ ਹੋ ਤੇ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਫਾਲਸ ਹੋ ਜੀ ਐਡੀ ਆਨਾ ਬਲਿਆਨ ਤੇ ਲਾਈਟ ਹੈ ਇਹ ਹਮੇਸ਼ਾ ਆ ਨਹੀਂ ਹੋਣੀ ਚਾਹੀਦੀ ਜਦੋਂ ਗੱਡੀ ਚਲਾਓ ਦਿਨ ਹੋਵੇ ਰਾਤ ਹੋਵੇ ਪਿੰਡ ਹੋਵੇ ਸ਼ਹਿਰ ਹੋਵੇ ਸ਼ਹਿਰ ਤੋਂ ਬਾਹਰ ਹੋਵੇ ਇਹ ਲਾਈਟ ਹਮੇਸ਼ਾ ਆਨ ਰੱਖਣੀ ਹੈ ਠੀਕ ਹੈ ਹਾਂ ਉਤੇੜੀਆ ਬਲਿਆਨਤੀ ਲਾਈਟ ਹੈ ਉਹ ਤੁਸੀਂ ਆਨ ਨਹੀਂ ਕਰ ਸਕਦੇ ਠੀਕ ਹੈ ਇਹਨਾਂ ਬਲੀਅੰਤ ਹਮੇਸ਼ਾ ਰੱਖਣੀ ਹੈ 675 675 ਅੱਛਾ ਜੀ ਇੱਥੇ ਗੱਲ ਕਰਨ ਲੱਗਾ ਕਿ ਕਾਜ਼ੀ ਇਨਕੁਈ ਅਵਿਯਤਾਤੋ ਕਹਿੰਦਾ ਉਹ ਸੁਰਤੇ ਆਲ ਜਿੱਥੇ ਵਿਯਤਾਤੁਲ ਸੁਰ ਪਾਸੋ ਜਿੱਥੇ ਓਵਰਟੇਕ ਮਨਾ ਹੋਵੇ ਦਾ ਮਤਲਬ ਕਿਹੜੀ ਕਿਹੜੀ ਜਗ੍ਹਾ ਹੈ ਕਿਹੜੀ ਵਜ੍ਹਾ ਵੇ ਕਿੱਥੇ ਮਨਾ ਹੋ ਸਕਦਾ ਹੈ ਜਾਂ ਕਿੱਥੇ ਇਜਾਜ਼ਤ ਹੈ ਇਹਦੀ ਗੱਲ ਕਰਨ ਲੱਗਾ ਹੈ ਠੀਕ ਹੈ ਮੋੜ ਹੋਵੇ ਮੋੜ ਦੇ ਨਜ਼ਦੀਕ ਹੋਵੋ ਜਾਂ ਮੋੜ ਦੇ ਉੱਤੇ ਹੋਵੋ ਸੜਕ ਤੇ ਦੋ ਕੁਰਸੀ ਹੋਣ ਇੱਕ ਜਾਣ ਵਾਸਤੇ ਇੱਕ ਜਾਣ ਵਾਸਤੇ ਤੇ ਓਵਰਟੇਕ ਮਨਾਵੇ ਦਾ ਠੀਕ ਹੈ ਬਾਕੀ ਨਜ਼ਰ ਨਹੀਂ ਸਹੀ ਆ ਰਿਹਾ ਥੋੜਾ ਨਜ਼ਰ ਆ ਰਿਹਾ ਹੈ ਓਵਰਟੇਕ ਮਨਾਵੇ ਦਾ ਦੂਸਰੀ ਸਾਈਡ ਤੇ ਜਿਹੜਾ ਰਿਜ਼ਰਵ ਕੁਰਸੀਆ ਹੁੰਦਾ ਹੈ ਜਿਹੜੀ ਦੂਸਰੀ ਸਾਈਡ ਸਾਹਮਣੇ ਗੱਡੀਆਂ ਹੁੰਦੀਆਂ ਤੇ ਉਹਨਾਂ ਵਾਸਤੇ ਦਾ ਰਿਜ਼ਰਵ ਕੁਰਸੀਆ ਹੁੰਦਾ ਹੈ ਉੱਥੇ ਵੀ ਜਾ ਕੇ ਓਵਰਟੇਕ ਕਰਨਾ ਮਨਾਵੇ ਦਾ ਅਗਰ ਤੁਸੀਂ फाटक ਦੇ ਨਜ਼ਦੀਕ ਹੋ ਜਾਂ फाटक ਦੇ ਉੱਤੇ ਹੋ ਜਾਂ ਅੱਗੇ ਕੋਈ ਜ਼ੈਬਰਾ ਕਰਾਸਿੰਗ ਹੈ ਠੀਕ ਹੈ ਉਹਦੇ ਨਜ਼ਦੀਕ ਕੋ ਐਸੀਆਂ ਜਗ੍ਹਾ ਤੇ ਮਨਾਵੇਗਾ ਇਲਸੋਰ ਪਾਸੋਂ ਜਿਹੜਾ ਓਵਰਟੇਕ ਹੈ ਇਹ ਵੀ ਹਤਾ ਤਾਂ ਕਹਿੰਦਾ ਮਨਾਵੇਂ ਇਨ ਪ੍ਰੋਕਸੀਮਿਤਾ ਦੇ ਲਕੁਰਵੇ ਮੋੜਾਂ ਦੇ ਨਜ਼ਦੀਕ ਸੁਸਤਰਾ ਦੇ ادੂਏ ਕੁਰਸੀਏ ਉਹਨਾਂ ਸੜਕਾਂ ਉੱਤੇ ਜਿੱਥੇ ਦੋ ਕੁਰਸੀਏ ਹੋਣ ਆ ਦੋਪੀਓ ਸੈਂਸੋ ਦੀ ਮਾਰ ਚਾਤੇ ਉਹ ਸੜਕ ਦੋਪੀਓ ਸੈਂਸ ਹੋਵੇ ਫਿਰੋ ਜੀ ਅਗਰ ਸੜਕ ਦੋਪੀਓ ਸੈਂਸ ਹੋ ਤੇ ਦੋ ਕੁਰਸੀਆਂ ਦਾ ਕੀ ਮਤਲਬ ਬਣਿਆ ਇੱਕ ਕੁਰਸੀ ਆ ਜਾਣ ਵਾਲੀਆਂ ਗੱਡੀਆਂ ਵਾਸਤੇ ਤੇ ਇੱਕ ਆਉਣ ਵਾਲੀਆਂ ਗੱਡੀਆਂ ਵਾਸਤੇ ਇਸ ਤਰ੍ਹਾਂ ਦੀ ਸੜਕ ਉੱਤੇ ਮੋੜ ਦੇ ਉੱਤੇ ਮੋੜ ਦੇ ਨਜ਼ਦੀਕ ਉਹਟ ਇੱਕ ਮਨਾ ਹੁੰਦਾ ਹੈ ਚੌਕ ਦੇ ਉੱਤੇ ਚੌਕ ਦੇ ਨਜ਼ਦੀਕ ਵੀ ਮਨਾ ਹੁੰਦਾ ਹੈ ਠੀਕ ਹੈ ਇੱਕ ਸੁਰ ਪਾਸੂ ਹੈ ਵਿਟਾਤੋ ਕਹਿੰਦਾ ওভারਟੇਕ ਮਨਾ ਹੈ ਇਨ ਪ੍ਰੋਸੀਮਿਤਾ ਦੇ ਦੋਸੀ ਦੋਸੀ ਦੇ ਨਜ਼ਦੀਕ ਸੂਸਤਰਾ ਦੇ ਆ ਦੂਵੇ ਕੁਰਸੀਏ ਉਹਨਾਂ ਸੜਕਾਂ ਉਤੇ ਦੋ ਕੁਰਸੀਏ ਹੋਣ ਆ ਦੋ ਪੀਓ ਸੈਂਤੋ ਦੀ ਮਾਰਚ ਆਵੇ ਵੇਰੋ ਉਹੀ ਚੀਜ਼ ਹੈ ਅੱਛਾ ਦੋਸੀ ਇੱਕ ਤਾਂ ਸਪੀਡ ਬ੍ਰੇਕਰ ਨੂੰ ਯਾਦ ਦੇਣਾ ਜਿਹੜਾ ਛੋਟਾ ਜਿਹਾ ਬਣਿਆ ਹੁੰਦਾ ਜੰਪ ਉਹ ਵੀ ਦੋਸੀ ਹੁੰਦਾ ਹੈ ਤੇ ਐੜੀ ਦੋਸੀ ਦੀ ਗੱਲ ਕਰਦਾ ਹੈ ਦੋਸੋਂ ਦੀ ਗੱਲ ਕਰਦਾ ਇਹ ਇਤਨੀ ਚੜਾਈ ਹੁੰਦੀ ਹੈ ਕਿ ਦੂਸਰੀ ਸਾਈਡ ਤੋਂ ਆਉਣ ਵਾਲੀ ਗੱਡੀ ਨਜ਼ਰ ਨਹੀਂ ਆਉਂਦੀ ਇਹ ਹੈ ਉਸ ਦੋਸਤੇ ਦੀ ਗੱਲ ਕਰਦਾ ਪਿਆ ਤੀਸਰਾ ਇਲਸੋਰ ਪਾਸੋ ਐ ਵਿਏਟਾਟੋ ਕਹਿੰਦਾ ਓਵਰਟੇਕ ਮਨਾਵੇਂ ਇਨ ਕਾਜ਼ੋ 디스카ਰਸਾ ਵਿਜ਼ਿਬਿਲਿਤਾ ਜਦੋਂ ਉਸਕਾਰਸਾ ਵਿਜ਼ਿਬਿਲਿਤਾ ਹੋਵੇ ਮਤਲਬ ਥੋੜਾ ਨਜ਼ਰ ਆ ਰਿਹਾ ਹੋਵੇ ਵੇਰੋ ਚੌਥਾ ਐਵੀਤਾਤੁਲ ਸੁਰਪਾਸੋ ਕਹਿੰਦਾ ਇਹ ਵੋਟ ਇੱਕ ਮਨਾਵੇਂ ਦਿਉਨ ਵੈਕਲੂ ਇੱਕ ਗੱਡੀ ਨੂੰ ਕੇਨੇਸਟੀਆ ਸੁਪੇਰਾਂਡੋ ਉਨ ਆਲਟਰ ਜਿਹੜੀ ਦੂਸਰੀ ਨੂੰ ਸੁਪੇਰਾਂਡੋ ਕਰ ਰਹੀ ਹੈ ਮਤਲਬ ਓਵਰਟੇਕ ਕਰ ਰਹੀ ਹੈ ਸੇਚੋ ਇਮਪੋਨੇ ਦੀਸ ਪੋਸਟਾਰਸੀ ਅਗਰ ਸਾਨੂੰ ਜ਼ਰੂਰਤ ਪੈਂਦੀ ਹੈ ਸ਼ਿਫਟ ਹੋਣ ਦੀ ਸੁੱਲਾਤੋ ਰਿਜ਼ਰਵਾਤੋ ਉਸ ਰਿਜ਼ਰਵ ਸਾਈਡ ਤੇ ਅਲ ਆਲਟਰੋ ਸੈਂਸੋ ਦੀ ਮਾਰਚਾ ਜਿਹੜੀ ਦੂਸਰੀ ਤਰਫ ਗੱਡੀਆਂ ਚੱਲਦੀਆਂ ਨੇ ਅਗਰੂਨਾ ਵਾਸਤੇ ਰਿਜ਼ਰਵੇ ਤੇ ਵੇਰੋ ਅਗਰ ਇਹ ਗੱਡੀ ਓਵਰਟੇਕ ਕਰਦੀ ਏ ਭਈ ਉਹ ਜਿਹੜੀ ਓਵਟੇਕ ਗੱਡੀ ਕਰ ਰਹੀ ਏ ਉਸ ਗੱਡੀ ਨੂੰ ਓਵਰਟੇਕ ਕਰਨਾ ਮਨਾਵੇਂ ਕਿਉਂ ਮਨਾਵੇਂ ਅਗਰ ਉਸ ਗੱਡੀ ਨੂੰ ਸਾਨੂੰ ਓਵਰਟੇਕ ਕਰਨੇ ਵਾਸਤੇ ਦੂਸਰੀ ਸਾਈਡ ਤੇ ਜਾਣਾ ਪੈਂਦਾ ਮਤਲਬ ਸਾਨੂੰ ਦੂਸਰੀ ਸਾਈਡ ਤੇ ਜਾਣਾ ਪੈਂਦਾ ਦੂਸਰੀ ਸਾਈਡ ਕਿਹੜੀ ਜਿਹੜੀ ਸਾਹਮਣੇ ਤੋਂ ਗੱਡੀਆਂ ਹੁੰਦੀਆਂ ਨੇ ਪਈਆਂ ਉਹਨਾਂ ਵਾਸਤੇ ਜਿਹੜੀ ਉਹਨਾਂ ਦਾ ਕੁਰਸੀਆ ਬਣਾਇਆ ਤੇ ਫਿਰ ਉਸ ਗੱਡੀ ਨੂੰ ਵਟੇਕ ਕਰਨਾ ਮਨਾਵੇਦਾ ਕਿਉਂਕਿ ਅਸੀਂ ਰਿਜ਼ਰਵ ਉਸ ਸਾਈਡ ਤੇ ਜਾ ਕੇ ਇਸ ਤਰ੍ਹਾਂ ਵਟੇਕ ਨਹੀਂ ਕਰ ਸਕਦੇ ਪੰਜਵਾਂ ਇਹ ਵੀ ਆਤਤੂਲ ਸਰਪਾਸੋ ਕਹਿੰਦਾ ਉਹ ਵਟੇਕ ਮਨਾਵੇਦੀ ਵਈਕੁਲੀ ਫੇਰ ਮੀ ਉਹਨਾਂ ਗੱਡੀਆਂ ਉਹੜੀਆਂ ਰੁਕੀਆਂ ਨੇ ਆਈ ਪੱਸਾਜੀ ਵਾਲੇ ਵਲੋ ਫਾਟਕ ਤੇ ਸੇਬ ਜ਼ੋਨਿਆ ਇਮਪਿਨਿਆਰੇ ਅਗਰ ਇਹ ਜ਼ਰੂਰਤ ਪੈਂਦੀ ਹੈ ਬਿਜ਼ੀ ਕਰਨੇ ਦੀ ਲਾ ਸਮੀ ਕਰੇ ਜਾਤਾ ਅਪੋਸਟਾ ਅਪ ਅਪੋਸਟਾ ਆਪੋਜ਼ਿਟ ਕਰੇ ਜਾਤਾ ਐਡਾ ਸਮੀ ਕਰੇ ਜਾਤਾ ਫੇਰੋ ਸਮੀ ਕਰੇ ਜਾਤਾ ਅੱਧੇ ਨਵਾਹਦੇ ਨੇ ਅੱਧਾ ਸਾਡੀ ਸਾਈਡ ਦਾ ਹੋ ਗਿਆ ਅੱਧਾ ਦੂਸਰੀ ਸਾਈਡ ਦਾ ਹੋ ਗਿਆ ਮਤਲਬ ਇਨੀ ਸਾਹਮਣੇ ਤੁ ਗੱਡੀਆਂ ਹੁੰਦੀਆਂ ਨੇ ਠੀਕ ਹੈ ਤੇ ਫਾਟਕ ਦੀ ਨਜ਼ਦੀਕ ਜਾ ਕੇ ਅਸੀਂ ਉਹਨਾਂ ਦੇ ਕਰੇ ਜਾਤੇ ਵਿੱਚ ਨਹੀਂ ਜਾ ਸਕਦੇ ਜੇਮਾ ਇਹ ਵੀ ਤਾਤਲ ਸੁਰ ਪਾਸੋ ਕਹਿੰਦਾ ਓਵਰਟੇਕ ਮਨਾਵੇਂ ਦੀ ਵਈ ਕੋਲੀ ਉਹਨਾਂ ਗੱਡੀਆਂ ਨੂੰ ਇਨ ਲੈਂਟੋ ਮੂਵਮੈਂਟ ਉਹੜੀਆਂ ਸਲੋ ਚਲਦੀਆਂ ਰਪੀਆਂ ਮਤਲਬ ਇਹ ਸਲੋ ਗੱਡੀਆਂ ਚਲਦੀਆਂ ਰਪੀਆਂ ਉਹਨਾਂ ਨੂੰ ਅਸੀਂ ਓਵਰਟੇਕ ਨਹੀਂ ਕਰ ਸਕਦੇ ਮਨਾਵੇਂ ਆਈ ਪਰ ਸਾਜੀ ਵਾਲੀ ਵੈਲੋ ਫਾਟਕ ਤੇ ਜਾ ਕੇ ਕਵਾਨ ਦੋ ਆ ਤਾਲ ਫੀਨੇ ਇਨੈਸੀਰੀਓ ਜਦੋਂ ਜ਼ਰੂਰੀ ਹੋਵੇ ਸਪੋਸਟਾਰ ਸੀ ਸ਼ਿਫਟ ਹੋਣਾ ਸੁਲਾਤੋ ਰਿਜ਼ਰਵਾਤੋ ਉਸ ਰਿਜ਼ਰਵ ਸਾਈਡ ਤੇ ਅਲ ਅਲਟਰੋ ਸੈਂਸੋ ਦੀ ਮਾਰਚਾ ਜਿਹੜੀ ਦੂਸਰੀ ਤਰਫ ਚੱਲਣ ਵਾਲੀਆਂ ਗੱਡੀਆਂ ਦੇ ਵਾਸਤੇ ਵੇਰੋ ਇਹ ਵੇਖੋ ਅਲਟਰੋ ਸੈਂਸ ਉਹ ਸੁਲਾਤੋ ਰਿਜ਼ਰਵਾਤੋ ਹਰ ਸਵਾਲ ਵੀ ਲਾਤੋ ਰਿਜ਼ਰਵਾਤੋ ਦੀ ਗੱਲ ਕਰ ਰਿਹਾ ਹੈ ਠੀਕ ਹੈ ਤੇ ਉਹ ਦਰਜਾ ਗਿਆ ਸੀ ওভারਟੇਕ ਨਹੀਂ ਕਰ ਸਕਦੇ ਅੱਛਾ ਜੀ ਮੂਵਿਮੈਂਟੋ ਆ ਗਿਆ ਹੈ ਮੂਵਿਮੈਂਟੋ ਸੈਂਪਰੇ ਵੇਰੋਏ ਤੇ ਤਿੰਨ ਫਾਲਸੋ ਨੇ ਸਪੋਸਟਾਰਸੀ ਸ਼ਿਫਟ ਹੋਣਾ ਸਤਵਾਂ ਇਹ ਵੀ ਇਹ ਤਾਤੂਲਸੋਰ ਪਾਸੋ ਕਹਿੰਦਾ ওভারਟੇਕ ਮਨਾਵੇਂ ਦੀ ਵਹੀ ਕੋਲੀ ਫੇਰ ਮੀ ਉਹਨਾਂ ਗੱਡੀਆਂ ਨੂੰ ਜਿਹੜੀਆਂ ਰੁਕੀਆਂ ਨੇ ਆਈ ਸਿਮਾਫੋਰੀ ਇਸ਼ਾਰਿਆਂ ਤੇ ਕਵਾਂਡੋ ਅਟਾਲੇ ਕਵਾਂਡੋ ਤਾਲ ਫਿਨੀ ਐਨੇਸੇਸਾਰੀਓ ਜਦੋਂ ਇਹਦੇ ਵਾਸਤੇ ਜ਼ਰੂਰੀ ਹੋਵੇ ਸਪੋਸਟਾਰਸੀ ਸ਼ਿਫਟ ਹੋਣਾ ਸੂ ਲਾਤੋ ਰਿਜ਼ਰਵਾਤੋ ਦੂਸਰੀ ਰਿਜ਼ਰਵ ਸਾਈਡ ਤੇ ਅਲ ਆਲਟਰੋ ਸੈਂਸੋ ਦੀ ਮਾਰਚਾ ਜਿਹੜੀ ਦੂਸਰੀਆਂ ਦੇ ਚੱਲਣੇ ਵਾਸਤੇ ਹੋਵੇ। ਅੱਛਾ ਚੌਕ ਹੋਵੇ, ਫਾਟੋ ਕੋਵੇ, ਅੱਗੇ ਜ਼ੈਬਰਾ ਕ੍ਰਾਸਿੰਗ ਹੋਵੇ ਇਸ਼ਾਰਾ ਹੋਵੇ। ਇਹਨਾਂ ਦੇ ਨਜ਼ਦੀਕ ਜਾ ਕੇ ਅਗਰ ਸਾਨੂੰ ਕਿਸੇ ਗੱਡੀ ਨੂੰ ਓਵਰਟੇਕ ਕਰਨਾ ਪੈਂਦਾ ਹੈ ਤੇ ਉਸ ਓਵਰਟੇਕ ਕਰਨੇ ਵਾਸਤੇ ਸਾਨੂੰ ਦੂਸਰੀ ਸਾਈਡ ਤੇ ਜਾਣਾ ਪੈਂਦਾ ਹੋਵੇ ਤੇ ਫਿਰ ਓਵਰਟੇਕ ਦੀ ਪਾਬੰਦੀ ਓਵਰਟੇਕ ਨਹੀਂ ਕਰ ਸਕਦੇ 8ਵਾਂ ਇਹ ਵੀ ਦਾਤੂਲਸੋਰ ਪਾਸੋ ਕਹਿੰਦਾ ਓਵਰਟੇਕ ਮਨਾਵੇ ਤੇ ਵੈਖੁਲੀ ਲੈਂਟੋ ਮੂਵਿਮੈਂਟੋ ਉਹਨਾਂ ਗੱਡੀਆਂ ਨੂੰ ਜਿਹੜੀਆਂ ਸਲੋ ਚੱਲ ਰਹੀਆਂ ਨੇ ਆ ਕਾਉਜ਼ਾ ਦੀ ਕੰਜੈਸਟੀਓਨੇ ਦਲਾ ਸਰਕੂਲੇਸਿਓਨੇ ਚੱਲਨੇ ਦੀ ਵਜ੍ਹਾ ਤੋਂ ਮਤਲਬ ਟ੍ਰੈਫਿਕ ਦੀ ਵਜ੍ਹਾ ਤੋਂ ਸਲੋ ਚੱਲਦੀਆਂ ਨੇ ਪਈਆਂ ਕਹਿੰਦਾ ਉਹਨਾਂ ਗੱਡੀਆਂ ਨੂੰ ਓਵਰਟੇਕ ਕਰਨਾ ਮਨਾਵੇ ਕਾਂਡੋ ਅਤਲ ਫਿਨੇ ਇਨੇਸਸਾਰੀਓ ਜਦੋਂ ਜ਼ਰੂਰੀ ਹੋਵੇ ਸਪੋਸਟਾਰ ਸੀ ਸ਼ਿਫਟ ਹੋਣਾ ਸੁ ਲਾਤੋ ਰਿਜ਼ਰਵਾਤੋ ਉਸ ਰਿਜ਼ਰਵ ਸਾਈਡ ਦੇ ਉੱਤੇ ਅਲ ਅਲਤੋ ਸੈਂਸੋ ਦੀ ਮਾਰਚਾ ਜਿਹੜੀ ਦੂਸਰਿਆਂ ਦੇ ਚੱਲਣੇ ਵਾਸਤੇ ਫੇਰੋ ਫਿਰ ਉਹੀ ਸ ਹੈ ਉਹੀ ਚੀਜ਼ ਆ ਗਈ ਏ ਲਾਤੋ ਰਿਜ਼ਰਵਾਤੋ ਭਲ ਤੁਸੀਂ ਜਾ ਕੇ ਓਵਰਟੇਕ ਨਹੀਂ ਕਰ ਸਕਦੇ ਅਗਰ ਅੱਗੇ ਗੱਡੀਆਂ ਸਲੋ ਚੱਲਦੀਆਂ ਰਹੀਆਂ ਪਈਆਂ ਟ੍ਰੈਫਿਕ ਦੀ وجہ ਤੋਂ ਫੇਰ ਹੋਈ ਨਵਾਂ ਇਹ ਵੀ ਤਾਤੁਰਸਰ ਪਾਸ ਓਵਰਟੇਕ ਮਨਾ ਵੇਦੀ ਉਨ ਵਹੀ ਕੋ ਲੋ ਇੱਕ ਗੱਡੀ ਨੂੰ ਕੇ ਸੀ ਸੀਆ ਅਰੈਸਟਾ ਤੋਂ ਜਿਹੜੀ ਗੱਡੀ ਰੁਕ ਗਈ ਏ ਇਨਕੋਰਸਪੋਂਡੈਂਸ ਸਾਦੀ ਉਨ ਪਸਾਜੋ ਪੈਦਨਾਲੇ ਪਸਾਜੋ ਪੈਦਨਾਲੇ ਮਤਲਬ ਜ਼ੈਬਰਾ ਕਰਾਸਿੰਗ ਦੇ ਉੱਤੇ ਜਾ ਕੇ ਫਿਰ ਕਨਸੈਂਟੇਰ ਜਿਹੜੀ ਇਜਾਜ਼ਤ ਦੇ ਰਹੀ ਏ ਤਰਾ ਵੇ ਸਮੇਂ ਤੋਂ ਦੀ ਪੈਦੌਨੀ ਪੈਦਲ ਨੂੰ ਗੁਜ਼ਰਨੇ ਦੀ ਫੇਰ ਅਗਰ ਸਾਡੇ ਅੱਗੇ ਗੱਡੀ ਏ ਉਹ ਜ਼ੈਬਰਾ ਕਰਾਸਿੰਗ ਦੇ ਕੋਲ ਜਾ ਕੇ ਰੁਕ ਜਾਂਦੀ ਏ ਜਾਂ ਸਲੋ ਹੋ ਜਾਂਦੀ ਏ ਪੈਦਲ ਨੂੰ ਗੁਜ਼ਾਰਨੇ ਵਾਸਤੇ ਤੇ ਉਸ ਗੱਡੀ ਨੂੰ ਅਸੀਂ ਓਵਰਟੇਕ ਨਹੀਂ ਕਰ ਸਕਦੇ 10ਵਾਂ ਐਵੀਟਾਤੋ ਇਲ ਸਰਪਾਸੋ ਦੀਨ ਵਈ ਕੋ ਕਹਿੰਦਾ ਉਸੇ ਗੱਡੀ ਨੂੰ ਓਵਰਟੇਕ ਕਰਨਾ ਮਨਾਂਵੇਂ ਕਿ ਆਪਿਆ ਰਲੈਂ ਤਾਂਤੋ ਜਿਹੜੀ ਸਲੋ ਹੋ ਗਈ ਏ ਇਨ ਕੋਰਿਸਪੋਂਦੈਂਸ ਅ ਦੀਨ ਪਸਾਜੋ ਪੈਦਨਾਲੇ ਪਸਾਜੋ ਪੈਦਨਾਲੇ ਦੇ ਕੋਲ ਜਾ ਕੇ ਉੱਤੇ ਕਹਿ ਲੋ ਫਿਰ ਕុនਸੈਂਟੀਰੇ ਇਜਾਜ਼ਤ ਦੇਣੇ ਦੇ ਲਈ ਅਤਰਾ ਵੇਰਸਮੈਂਟੋ ਦੇ ਪੈਦੋਨੀ ਪੈਡਲ ਨੂੰ ਕਰਾਸਿੰਗ ਦੀ ਵੇਰੋ ਜੀ ਦੱਸਿਆ ਸੀ ਸਲੋ ਹੋ ਗਈ ਏ ਤਾਂ ਵੀ ਤੁਸੀਂ ਉਹਨੂੰ ਓਵਰਟੇਕ ਨਹੀਂ ਕਰ ਸਕਦੇ 11ਵਾਂ ਇਹ ਵੀ ਇਤਾਤੂ ਸਰਪਾਸਾਰੇ ਕਹਿੰਦਾ ਓਵਰਟੇਕ ਕਰਨਾ ਮਨਾਵੇਂ ਸੁਲੇ ਕੁਰਸੀਆ ਦੀ ਐਕਸਲੇਰੇਸ਼ਨ ਦੇ ਉੱਤੇ ਉਹ ਦੀ ਡਿਸੀਲੇਰੇਸ਼ਨ ਦੇ ਉੱਤੇ ਵੇਰੋ ਜੀ ਨਾ ਕੁਰਸੀਆ ਦੀ ਐਕਸਲੇਰੇਸ਼ਨ ਦੇ ਉੱਤੇ ਤੁਸੀਂ ਓਵਰਟੇਕ ਕਰ ਸਕਦੇ ਹੋ ਨਾ ਡਿਸੀਲੇਰੇਸ਼ਨ ਦੇ ਉੱਤੇ ਓਵਰਟੇਕ ਕਰ ਸਕਦੇ ਹੋ ਇਹ ਚੀਜ਼ ਮਨਾ ਹੈ ਇਹ ਵੀ ਇਤਾਤੂ ਸਰਪਾਸੋ ਕਹਿੰਦਾ ਓਵਰਟੇਕ ਮਨਾ ਹੈ ਸੇਸੀ ਦੇਵੇ ਵਲੀਕਾਰੇ ਅਗਰ ਤੁਹਾਨੂੰ ਵਲੀਕਾਰੇ ਕਰਨਾ ਪੈਂਦਾ ਹੈ ਮਤਲਬ ਕਹਿ ਲਓ ਕਿ ਟੱਪਣਾ ਪੈਂਦਾ ਹੈ ਦੂਸਰੀ ਸਾਈਡ ਤੇ ਜਾਣਾ ਪੈਂਦਾ ਹੈ लास्त्रिशा लੁੰਜੀਟੂ ਦੀ ਨਾਲੇ ਬਿਆੰਕਾ ਕੰਟੀਨੂਆ ਕੰਟੀਨਿਊ ਲੈਣ ਤੋਂ ਜਿਹੜੀ ਲੰਮੀ ਕੰਟੀਨਿਊ ਲੈਣ ਲੱਗੀ ਏ ਸਿੰਪਲੀ ਚਵੇ ਜਾਂ ਦੋ ਪਿਆਵੇ ਕਹਿੰਦਾ ਅਗਰ ਸਿੰਪਲ ਕੰਟੀਨਿਊ ਲੈਣ ਲੱਗੀ ਏ ਜਾਂ ਦੋ ਪਿਆ ਡਬਲ ਕੰਟੀਨਿਊ ਲੈਣ ਲੱਗੀ ਏ ਅਗਰ ਉਸ ਲੈਂਡ ਨੂੰ ਵਲੀ ਕਾਰੇ ਕਰਨਾ ਪੈਂਦਾ ਹੈ ਮਤਲਬ ਉਹਨੂੰ ਟੱਪਣਾ ਪੈਂਦਾ ਉਸ ਤੋਂ ਪਾਰ ਜਾਣਾ ਪੈਂਦਾ ਤੇ ਫਿਰ ਓਵਰਟੇਕ ਕਰਨਾ ਮਨਾਵੈਦਾ ਫਿਰੋ ਜੀ ਅਗਰ ਸਾਡੇ ਅੱਗੇ ਗੱਡੀ ਚੱਲ ਰਹੀ ਏ ਇਸ ਤਰ੍ਹਾਂ ਸਮਝੋ ਕਿ ਇੱਕ ਕੁਰਸੀ ਆਵੇ ਇੱਕ ਤਰਫ ਜਾਣ ਵਾਸਤੇ ਠੀਕ ਇੱਕ ਮਿੰਟ ਕੇ ਮੈਂ ਐ ਸਮਝ ਲੋ ਇਹ ਕਰੇ ਜਾਤਾ ਵੇ ਤੇ ਇਹ ਵਿੱਚ ਕੰਟੀਨਿਊ ਲੈਣ ਲੱਗੀ ਏ ਇਹ ਇੱਕ ਕੁਰਸੀ ਹੈ ਇਹ ਦੂਸਰਾ ਕੁਰਸੀ ਹੈ ਠੀਕ ਹੈ ਇਧਰ ਟ੍ਰੈਫਿਕ ਜਾਣ ਵਾਸਤੇ ਵੇ ਤੇ ਇਧਰ ਆਉਣ ਵਾਸਤੇ ਹੁਣ ਸਾਡੇ ਅੱਗੇ ਗੱਡੀਆਂ ਚੱਲ ਰਹੀ ਇੱਕ ਠੀਕ ਹੈ ਅਗਰ ਅਸੀਂ ਇਹ ਨੂੰ ਓਵਰਟੇਕ ਕਰਨਾ ਚਾਹੁੰਦੇ ਆ ਤੇ ਇਹਨੂੰ ਓਵਰਟੇਕ ਕਰਨੇ ਵਾਸਤੇ ਸਾਨੂੰ ਇਸ ਲੈਂਡ ਤੋਂ ਪਾਰ ਜਾਣਾ ਪੈਂਦਾ ਹੋਵੇ ਤੇ ਫਿਰ ਅਸੀਂ ਓਵਰਟੇਕ ਨਹੀਂ ਕਰ ਸਕਦੇ ਠੀਕ ਹੈ ਕਿਉਂ ਕਿਉਂਕਿ ਜਿਹੜੀ ਸੈਂਟਰ ਵਿੱਚ ਕੰਟੀਨਿਊ ਲੈਂਡ ਲੱਗੀ ਹੁੰਦੀ ਹੈ ਉਸ ਨੂੰ ਅਸੀਂ ਪਾਰ ਨਹੀਂ ਜਾ ਸਕਦੇ ਇਹਨੂੰ ਬਲਿਕਾਰੇ ਨਹੀਂ ਕਰ ਸਕਦੇ ਹਾਂ ਅਗਰ ਫਾਰ ਐਗਜ਼ਾਮਪਲ ਇੱਥੇ ਕੋਈ ਸਾਈਕਲ ਚੱਲਦਾ ਪਿਆ ਜਾਂ ਮੋਟਰਸਾਈਕਲ ਕਰ ਲੋ ਜਾਂ ਕੋਈ ਐਸੀ ਗੱਡੀ ਬਿਲਕੁਲ ਕਿਨਾਰੇ ਦੇ ਨਾਲ ਜਾ ਕੇ ਚੱਲਦੀ ਹੈ ਭੀ ਜਗ੍ਹਾ ਹੈ ਵੀ ਇੱਧਰ ਠੀਕ ਹੈ ਅਗਰ ਅਸੀਂ ਇਹਦੇ ਅੰਦਰ ਅੰਦਰ ਲੈਂਡ ਦੇ ਅੰਦਰ ਅੰਦਰ ਰਹਿ ਕੇ ਓਵਰਟੇਕ ਕਰ ਸਕਦੇ ਹੋਈਏ ਤਾਂ ਫਿਰ ਕਰ ਸਕਨੇ ਹਾਂ ਸ਼ਰਤ ਇਹ ਕਿ ਅਸੀਂ ਲੈਂਡ ਤੋਂ ਇੱਧਰ ਨਹੀਂ ਜਾਣਾ ਚਲੋ ਜੀ 13ਵਾਂ ਇਹ Obligatorio ਕਹਿੰਦੇ ਲਾਜ਼ਮੀ ਹੈ ਜ਼ਰੂਰੀ ਹੈ ਅਚਿਰਤਾਰਸੀ ਯਕੀਨ ਕਰ ਲੈਣਾ ਜਿਗਣ ਕਹਿੰਦੇ ਬੰਦਾ ਯਕੀਨ ਕਰ ਲਵੇ ਪੱਕ ਕਰ ਲਵੇ ਪ੍ਰੀਮਾ ਦੀ ਹੈ ਫਤਵਾਰੇ ਇਲਸੁਰ ਪਾਸੋ ਕਹਿੰਦਾ ਓਵਰਟੇਕ ਕਰਨੇ ਤੋਂ ਪਹਿਲਾਂ ਇਸ ਗੱਲ ਦਾ ਯਕੀਨ ਕਰ ਲੈਣਾ ਹੈ ਕਿ ਨੋਨ ਵਿਸੀਆ ਨੂੰ ਸਿਨਿਆਲੀ ਕੇ ਕੋਈ ਨਿਸ਼ਾਨ ਤੇ ਨਹੀਂ ਕਿ ਲੋ ਇਹ ਤੀਨੋ ਜਿਹੜੇ ਮਨਾ ਕਰਦੇ ਹਣ ਵੇਰੋ ਇਸ ਚੀਜ਼ ਨੂੰ ਵੇਖ ਲੈਣਾ ਕੋਈ ਨਿਸ਼ਾਨ ਤੇ ਨਹੀਂ ਜਿਹੜਾ ਮਨਾ ਕਰਦਾ ਹੋਵੇ ਓਵਰਟੇਕ ਤੋਂ ਅਚੇਰਤਾਰਸੀ ਆ ਗਿਆ ਹੈ ਸੈਂਪਰੇਵੇਰੋ ਤਿੰਨ ਫਾਲਸੋ ਸੈਂਪਲੀਚੇ ਮੈਂਤੇ ਯੂਨੀਕਾਮੈਂਤੇ ਤੇ ਮੇਜ਼ੇਰੀਆਨਾ 14ਵਾਂ ਇਹ ਵੀ ਇਹ ਤਾਤੂਲ ਸਰਪਾਸੋ ਕਹਿੰਦਾ ਓਵਰਟੇਕ ਕਰਨਾ ਮਨਾਵੇਂ ਸੇ ਇਲ ਵੈਕੁਲੋ ਦਾ ਸੁਪੇਰਾਰੇ ਕਹਿੰਦਾ ਉਹ ਗੱਡੀ ਜਿਹੜੀ ਸਬਜੀ ਨੂੰ ਤੋਂ ਸੁਪੇਰਾਰੇ ਕਰਨਾ ਹੈ ਸੀਏ ਫਿਰਮਾ ਤੋਂ ਰੁਕ ਗਈ ਏ ਫਿਰ ਦਾਰਲਾ ਪ੍ਰੇਸੀਡੈਂਸਾਈ ਪੈਦੌਨੀ ਪੈਦਲ ਨੂੰ ਹੱਕ ਦੇਣੇ ਵਾਸਤੇ ਅੰਕ ਕੇ ਫੌਰੀ ਦੇ ਲਈ ਟਰਾਂਸ ਵਰਸਮੇਂਟੀ ਪਰਡੋਨਾਲੀ ਭਾਵੇਂ ਉਹ ਜ਼ੈਬਰਾ ਕ੍ਰਾਸਿੰਗ ਤੋਂ ਬਾਹਰ ਹੈ। ਵੇਰੋ? ਅਗਰ ਸਾਡੇ ਅੱਗੇ ਗੱਡੀ ਏ ਉਹ ਪੈਦਲ ਨੂੰ ਹੱਕ ਦੇਣੇ ਵਾਸਤੇ ਰੁਕ ਗਈ ਏ ਭਾਵੇਂ ਉਹ ਜ਼ੈਬਰਾ ਕ੍ਰਾਸਿੰਗ ਤੋਂ ਬਾਹਰ ਹੀ ਏ ਤੇ ਫਿਰ ਵੀ ਉਹਨੂੰ ਓਵਰਟੇਕ ਕਰਨਾ ਮਨਾਵੇਂ। ਪੰਦਰਵਾ। ਇਲਸੋਰ ਪਾਸੋ ਐਵੀਟਾਟੋ ਕਹਿੰਦਾ ਓਵਰਟੇਕ ਮਨਾਵੇਂ। ਇਨ ਕੂਰਵੇ ਮੋੜਾਂ ਦੇ ਵਿੱਚ। ਅੰਕ ਕੇ ਸੇ ਲਾਸਟਰਾਦਾ ਭਾਵੇਂ ਸੜਕ ਇਹ ਦੂਵੇ ਕਰੇ ਜਾਂਦੇ ਸੇ ਪੈਰਾਤੇ ਭਾਵੇਂ ਕਹਿੰਦੇ ਉਹਦੇ ਦੋ ਕਰੇ ਜਾਂਦੇ ਅਲੱਗ ਨਿਓ ਸੜਕ ਦੇ ਫਾਲਤੂ ਜੇ ਅਗਰ ਕਰੇ ਜਾਂਦਾ ਹੀ ਵਖਰਾ ਵਖਰੇ ਆਉਣ ਜਾਣ ਵਾਲਾ ਵਖਰਾ ਆਉਣ ਵਾਲਾ ਵਖਰਾ ਤੇ ਫਿਰ ਮੋੜ ਜੋ ਵਰਟੇਕ ਕੋਈ ਨਹੀਂ ਮਨਾ ਮਨਾ ਮੋੜ ਵਿੱਚ ਉਦੋਂ ਹੁੰਦਾ ਜਦੋਂ ਇੱਕੋ ਹੀ ਕਰੇ ਜਾਂਦਾ ਹੋਵੇ ਤੇ ਉਥੇ ਦੋ ਕੁਰਸੀਆਂ ਹੋਣ ਇੱਕ ਕੁਰਸੀ ਜਾਂਣ ਵਾਲਿਆਂ ਵਾਸਤੇ ਤੇ ਇੱਕ ਆਉਣ ਵਾਲਿਆਂ ਵਾਸਤੇ ਉਦੋਂ ਫਿਰ ਮੋੜ ਦੇ ਵਿੱਚ ਜਾਂ ਮੋੜ ਦੇ ਨਜ਼ਦੀਕ ਓਵਰਟੇਕ ਮਨਾਉਂਦਾ ਓਣੇ ਸੇ ਤੇ ਕਰੇ ਜਾਂਦੀ ਸੇ ਪੈਰਾਤੇ ਕਹੇ ਕਰੇ ਜਾਂਦੀ ਲੱਗਨੇ ਜਾਨਵਰ ਨਾ ਕਰੇ ਜਾਤਾ ਵਖਰਾ ਹੁਣ ਵੈਨ ਦਾ ਵਖਰਾ ਇਹ ਤੇ ਫਿਰ ਮਨਾ ਨਹੀਂ ਹੋ ਸਕਦਾ 16ਵਾਂ ਇਨ ਸੋਰ ਪਾਸਵੇ ਵੀਤਾ ਤਾਂ ਕਹਿੰਦਾ ਓਵਰਟੇਕ ਮਨਾਵੇਂ ਇਨ ਕੂਰਵੇ ਮੋੜਾਂ ਦੇ ਵਿੱਚ ਅੰਗ ਕਿਸੇ ਲਸਤਰਾ ਦਾ ਭਾਵੇਂ ਸੜਕ ਇਹ ਅਦ ਅਲਮੇ ਨੂੰ ਦੋ ਕੁਰਸੀਏ ਫਿਰ ਸੈਂਸੋ ਦੀ ਮਾਰਚਾ ਭਾਵੇਂ ਕਹਿੰਦਾ ਉੱਥੇ ਦੋ ਕੁਰਸੀਆਂ ਦੇ ਫਿਰ ਸੈਂਸੋ ਦੀ ਮਾਰਚਾ ਮਤਲਬ ਕਿ ਇੱਕ ਤਰਫ ਚੱਲਣੇ ਵਾਸਤੇ ਫਾਲਸੋ ਜੀ ਅਗਰ ਦੋ ਕੁਰਸੀ ਇੱਕ ਤਰਫ ਜਾਣ ਵਾਸਤੇ ਹੋਣ ਫਿਰ ਵੀ ਮੋੜ ਦੇ ਵਿੱਚ ਓਵਰਟੇਕੋ ਨਹੀਂ ਮਨਾ ਸਿਰਫ ਇੱਕ ਕੁਰਸੀ ਆ ਜਾਣ ਵਾਸਤੇ ਹੋਵੇ ਤੇ ਫਿਰ ਮਨਾਵੇ ਦਾ 17ਵਾਂ ਇਹ ਵੀ ਇਤਾਤੂਲ ਸੋਰਪਾਸੋ ਕਹਿੰਦਾ ਉਹ ਵਟੇਕ ਮਨਾਵੇ ਨੀਲੇ ਸਤਰਾਦੇ ਅਸੈਂਸੋ ਉਨੀਕੋ ਸੈਂਸੋ ਉਨੀਕੋ ਸੜਕਾਂ ਦੇ ਵਿੱਚ ਫਾਲਸੋ ਜੀ ਇਹ ਵੀ ਇਤਾਤੂਲ ਸੋਰਪਾਸੋ ਕਹਿੰਦਾ ਉਹ ਵਟੇਕ ਮਨਾਵੇ ਦੀ ਵਹੀ ਕੁਲੇ ਦਲਾ ਪੁਲਿਸੀਆ ਪੁਲਿਸ ਵਾਲੀਆਂ ਗੱਡੀਆਂ ਨੂੰ ਫਾਲਸੋ ਜੀ ਕੋਈ ਪੁਲਿਸ ਵਾਲੀ ਗੱਡੀ ਨੂੰ ਓਵਰਟੇਕ ਮਨਾ ਨਹੀਂ ਹਾਂ ਸਿਰਫ ਇਹ ਵੇ ਕਿ ਉਹ ਐਮਰਜੈਂਸੀ ਵਿੱਚ ਨਾ ਹੋਵੇ ਇਨ ਸਰਵਿਸ ਦੀ ਐਮਰਜੈਂਸੀ 19 ਇਹ ਵੀ ਇਤਾਤਲ ਸਰਪਾਸੋ ਕਹਿੰਦਾ ਓਵਰਟੇਕ ਕਰਨਾ ਮਨਾ ਹੈ ਦਿਵਨਾ ਉਤੋ ਬੂਸ ਫੇਰਮੋ ਉਸ ਬਾਸ ਨੂੰ ਜਿਹੜੀ ਰੁਕੀ ਹੈ ਪਿਰਲਾ ਸਲੀਤਾ ਇਲਾ 디ਸ਼ੇਜ਼ਾ ਦੇ ਪਾਸਾਜੇਰੀ ਪੈਸੈਂਜਰ ਨੂੰ ਚੜਾਣੇ ਜਾਂ ਉਤਾਰਨੇ ਵਾਸਤੇ ਫਾਲਸੋ ਜੀ ਕੋਈ ਨਹੀਂ ਮਨਾ ਸਲੀਤਾ ਚੜਾਣਾ 디ਸ਼ੇਜ਼ਾ ਉਤਾਰਨਾ ਦੇ ਪਾਸਾਜੇਰੀ ਪੈਸੈਂਜਰ ਮਸਾਫਰ ਵੀ ਇਲ ਸਰਪਾਸੋ ਵਿਏਟਾਤੋ ਕਹਿੰਦਾ ਓਵਰਟੇਕ ਮਨਾ ਹੈ ਸੁੱਲੇ ਕੂਰਵੇ ਮੋੜਾਂ ਦੇ ਉੱਤੇ ਇਹ ਸੁਈ ਦੋਸੀ ਤੇ ਦੋਸੀ ਦੇ ਉੱਤੇ ਵੀ ਦਿਲ ਇਸ ਤਰ੍ਹਾਂ ਦੇ ਸੈਂਸ ਹੋ ਨਹੀਂ ਕੋ ਸੈਂਸ ਹੋ ਨਹੀਂ ਕੋ ਸੜਕਾਂ ਦੇ ਫਾਲਸ ਹੋ ਜੇ ਅਗਰ ਸੜਕ ਹੀ ਸੈਂਸ ਹੋ ਨਹੀਂ ਕੋਈ ਓਵਰਟੇਕ ਕਿਉਂ ਮਨਾ ਕਰਦੇ ਨੇ ਜ਼ਿਆਦਾਤਰ ਕਿਉਂ ਮਨਾਉਂਦਾ ਓਵਰਟੇਕ ਜ਼ਿਆਦਾਤਰ ਇਸ ਤੋਂ ਮਨਾਉਂਦਾ ਕਿ ਜਿਹੜੀ ਸਾਹਮਣੇ ਤੋਂ ਗੱਡੀਆਂ ਹੁੰਦੀਆਂ ਨੇ ਪਈਆਂ ਉਹਨਾਂ ਨਾਲ ਐਕਸੀਡੈਂਟ ਦਾ ਖਤਰਾ ਹੋ ਸਕਦਾ ਠੀਕ ਹੈ ਅਗਰ ਹੁਣ ਸੜਕ ਹੀ ਸੈਂਸ ਹੋ ਨਹੀਂ ਕੋえ ਸਾਹਮਣੇ ਤੋਂ ਗੱਡੀ ਨਹੀਂ ਆਉਣੀ ਤੇ ਫਿਰ ਇਹ ਜਿਹੜੀਆਂ ਜਗ੍ਹਾ ਦੱਸ ਰਿਹਾ ਇੱਥੇ ਮਨਾ ਕੋਈ ਨਹੀਂ इक्की नंबर इलस्व पास मना में कोस्तरे अगर मजबूर हो आरते जाता अगर कह लंबी लाइन जी लूंजित नाले लंबी लाइन लीन लूं लू जीतू दि लंबी लाइन त्रते जाता तरते जाता मतलब डिस्कंटिन््यू कैसे डिस्कॉटिन््यू लैंडी ਮਜਬੂਰਨ ਪਾਰ ਕਰਨਾ ਪੈਂਦਾ ਤੇ ਫਿਰ ਓਵਰਟੇਕ ਮਨਾਵੇ ਫਾਲਸੋ ਜੀ ਐਡ ਇਹ ਤਰ੍ਹਾਂ ਤੇ ਜਾਂਦਾ ਹੀ ਡਿਸਕੰਟੀਨਿਊ ਲੈਣੇ ਡਿਸਕੰਟੀਨਿਊ ਲੈਣ ਨੂੰ ਤੁਸੀਂ ਪਾਰ ਕਰ ਸਕਦੇ ਆ ਕੰਟੀਨਿਊ ਲੈਂਡ ਜਿਹੜੀ ਹੁੰਦੀ ਏ ਉਹ ਨਹੀਂ ਕਰ ਸਕਦੇ ਅਸੀਂ ਕੋਸਤ੍ਰੇਤੀ ਮਜਬੂਰ ਮਜਬੂਰਨ ਠੀਕ ਹੈ ਜੀ ਨੋ ਜੀ ਆਈ ਦੀ ਵੀਡੀਓ ਕਾਫੀ ਹੈ ਤੇ ਇਨਸ਼ਾਅੱਲਾ ਦੂਸਰੀ ਵੀਡੀਓ ਤੇ ਮਿਲਨੇ ਆ ਨੈਕਸਟ ਅੱਲਾਹ ਫੇਜ਼